ਖਾਸ ਮੁਲਾਕਾਤ ਦੇ ਸਫ਼ਰ ਵਿੱਚ ਪੀ ਟੀ ਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਿਵੇਂ ਕਿ ਹਰ ਹਫ਼ਤੇ ਅਸੀਂ ਦਰਸ਼ਕਾਂ ਨੂੰ ਇੱਕ ਅਜਿਹੀ ਸ਼ਖਸੀਅਤ ਦੇ ਰੂਬਰੂ ਕਰਵਾਉਂਦੇ ਹਾਂ ਜਿਨ੍ਹਾਂ ਨੇ ਵੱਖ ਵੱਖ ਖੇਤਰਾਂ ਦੇ ਵਿੱਚ ਮਾਰ ਕੇ ਮਾਰੇ ਨੇ, ਵੱਖ ਵੱਖ ਖੇਤਰਾਂ ਦੇ ਵਿੱਚ ਉਹਨਾਂ ਦੀਆਂ ਵੱਡੀਆਂ ਅਚੀਵਮੈਂਟ ਨੇ, ਅਤੇ ਉਹ ਸ਼ਖਸੀਅਤਾਂ ਜਿਹੜੀਆਂ ਦੂਸਰਿਆਂ ਦੇ ਲਈ ਪ੍ਰੇਰਣਾ ਸਰੋਤ ਨੇ, ਜਿਨ੍ਹਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਸੋ ਸਾਡੀ ਇਸ ਖਾਸ ਸ਼ੋਅ ਦੇ ਜ਼ਰੀਏ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਉਹਨਾਂ ਸ਼ਖਸੀਅਤਾਂ ਨੂੰ ਲਾਈਮਲਾਈਟ ਦੇ ਵਿੱਚ ਲੈ ਕੇ ਆਈਏ ਜਿਹੜੀਆਂ ਅੱਜ ਤੱਕ ਇਸ ਲਾਈਮਲਾਈਟ ਤੋਂ ਦੂਰ ਰਹੀਆਂ ਨੇ ਔਰ ਲੋਕਾਂ ਦੇ ਸਾਹਮਣੇ ਉਸ ਰੂਪ ਦੇ ਵਿੱਚ ਨਹੀਂ ਆ ਸਕੀਆਂ ਜਿਸ ਰੂਪ ਦੇ ਵਿੱਚ ਉਹਨਾਂ ਨੂੰ ਲੋਕਾਂ ਨੂੰ ਜਾਣਨ ਦੀ ਜ਼ਰੂਰਤ ਹੈ। ਸੋ ਅੱਜ ਅਸੀਂ ਫਿਰ ਇੱਕ ਐਸੀ ਸ਼ਖਸੀਅਤ ਨੂੰ ਆਪਣੇ ਇਸ ਸ਼ੋਅ ਦੇ ਵਿੱਚ ਦਰਸ਼ਕਾਂ ਦੇ ਸਾਹਮਣੇ ਲੈ ਕੇ ਹਾਜ਼ਰ ਹੋਏ ਹਾਂ ਜਿਨ੍ਹਾਂ ਦਾ ਨਾਮ ਹੈ ਚੰਦਰ ਪ੍ਰਕਾਸ਼ ਵੋਹਰਾ ਸਾਹਿਬ। ਪਦਮ ਸ਼੍ਰੀ ਅਰਜੁਨ ਅਵਾਰਡੀ ਔਰ ਹੋਰ ਨਾ ਜਾਣੇ ਕਿੰਨੇ ਪੁਰਸਕਾਰ ਇਹਨਾਂ ਦੇ ਨਾਮ ਸਮਰਪਿਤ ਨੇ। ਟਾਈਗਰ ਆਫ ਜਿਓਲੋਜੀ ਦੇ ਨਾਮ ਦੇ ਨਾਲ ਇਹਨਾਂ ਨੂੰ ਜਾਣਿਆ ਜਾਂਦਾ ਔਰ ਹੋਰ ਵੀ ਇਹਨਾਂ ਦੀਆਂ ਕੀ ਅਚੀਵਮੈਂਟਸ ਨੇ। ਐਵਰੈਸਟ ਤੋਂ ਇਲਾਵਾ ਐਂਟਾਰਟਿਕਾ ਇਹ ਜਾ ਚੁੱਕੇ ਨੇ ਔਰ ਲਾਈਫ ਦੇ ਵਿੱਚ ਬਹੁਤ ਸਾਰੇ ਐਸੇ ਡਿਸੀਜ਼ਨਸ, ਐਸੀਆਂ ਸਟੱਡੀਜ਼ ਇਹਨਾਂ ਦੇ ਨਾਮ ਦਰਜ ਨੇ ਜਿਨ੍ਹਾਂ ਦਾ ਸਾਡੇ ਦੇਸ਼ ਦੀ ਇਸ ਵੇਲੇ ਭੂਗੋਲਿਕ ਸਥਿਤੀ ਨੂੰ ਔਰ ਜਿਓਲੋਜੀ ਨੂੰ ਬਹੁਤ ਵੱਡਾ ਫਾਇਦਾ ਹੈ, ਬਹੁਤ ਵੱਡੀ ਦੇਣ ਹੈ। ਸੀ ਪੀ ਵੋਹਰਾ ਸਾਹਿਬ ਸਾਡੇ ਨਾਲ ਨੇ, ਬਹੁਤ ਬਹੁਤ ਸਵਾਗਤ ਹੈ ਵੋਹਰਾ ਸਾਹਿਬ ਸਾਡੇ ਇਸ ਖਾਸ ਸ਼ੋਅ ਦੇ ਵਿੱਚ। ਜਿਵੇਂ ਮੈਂ ਇੰਟਰੋਡਕਸ਼ਨ ਦੇ ਵਿੱਚ ਕਿਹਾ ਕਿ ਬਹੁਤ ਘੱਟ ਐਸੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦੇ ਨਾਮ ਪਦਮ ਸ਼੍ਰੀ ਅਰਜੁਨ ਅਵਾਰਡੀ ਔਰ ਹੋਰ ਨਾ ਜਾਣੇ ਕਿੰਨੇ ਅਵਾਰਡ ਜਿਹੜੇ ਤੁਹਾਡੇ ਨਾਮ 'ਤੇ ਦਰਜ ਨੇ। ਤੁਸੀਂ ਆਪਣੀ ਇੱਕ ਹੁੰਦਾ ਕਿ ਤੁਹਾਨੂੰ ਕਿਸੇ ਨੇ ਸਨਮਾਨਿਤ ਕੀਤਾ, ਇੱਕ ਹੁੰਦਾ ਕਿ ਤੁਸੀਂ ਖੁਦ ਫਖਰ ਮਹਿਸੂਸ ਕਰਦੇ ਹੋ ਕਿ ਹਾਂ ਇਹ ਚੀਜ਼ ਮੈਨੂੰ, ਮੈਂ ਕੀਤੀ, ਇਸ ਦੇ ਬਦਲੇ ਮੈਨੂੰ ਇਹ ਸਨਮਾਨ ਮਿਲਿਆ। ਸਨਮਾਨ ਜ਼ਿਆਦਾ ਇੰਪੋਰਟੈਂਟ ਹੈ ਜਾਂ ਅਚੀਵਮੈਂਟਸ ਜ਼ਿਆਦਾ ਇੰਪੋਰਟੈਂਟ? ਸਨਮਾਨ ਤਾਂ ਆਟੋਮੈਟਿਕ ਹੁੰਦਾ, ਜੇ ਆਵੇ ਤਾਂ ਠੀਕ, ਨਾ ਆਵੇ ਤਾਂ ਠੀਕ, ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਚਾਹੀਦਾ। ਕੰਮ ਜਿਹੜਾ ਨਾ ਉਹ ਬੜੀ ਵੈਲਿਊਏਬਲ ਚੀਜ਼ ਹੈ। ਕੰਮ ਤੁਹਾਨੂੰ ਮਿਲੇ, ਮੌਕਾ ਮਿਲੇ, ਤੁਸੀਂ ਬੈਸਟ ਤੋਂ ਬੈਸਟ ਕਰੋ, ਇਹੋ ਜਿਹੀ ਚੀਜ਼ ਜ਼ਿੰਦਗੀ 'ਚ ਹੋਰ ਕੁਝ ਹੋ ਨਹੀਂ ਸਕਦੀ। ਸਮਾਨ ਤਾਂ ਕੋਈ ਖਾਸ ਚੀਜ਼ ਨਹੀਂ। ਤੁਸੀਂ ਐਵਰੈਸਟ ਹੀਰੋ ਵੀ ਹੋ, ਐਂਟਾਰਟਿਕਾ ਹੀਰੋ ਵੀ ਹੋ, ਜਿਓਲੋਜੀ ਦੇ ਵਿੱਚ ਤੁਹਾਡੀ ਮਾਸਟਰੀ ਆ ਔਰ ਪਲੱਸ ਮਾਊਂਟੇਨੀਅਰ, ਮਤਲਬ ਮੈਂ ਇਸ ਚੀਜ਼ ਨੂੰ ਰਿਲੇਟ ਨਹੀਂ ਕਰ ਪਾ ਰਿਹਾ ਕਿ ਹਾਓ ਯੂ ਬਿਕਮ ਮਾਊਂਟੇਨੀਅਰ ਫਰੋਮ ਏ ਜਿਓਲੋਜਿਸਟ ਔਰ ਹਾਓ ਯੂ ਬਿਕਮ ਜਿਓਲੋਜਿਸਟ ਫਰੋਮ ਏ ਮਾਊਂਟੇਨੀਅਰ। ਪਹਿਲਾਂ ਇਸ ਚੀਜ਼ ਨੂੰ ਥੋੜ੍ਹਾ ਜਿਹਾ ਕਲੀਅਰ ਕਰੋ। ਮੇਰੀ ਐਜੂਕੇਸ਼ਨ ਜਿਓਲੋਜੀ ਦੀ ਹੈ। ਓਕੇ। ਮੇਰਾ ਸਾਰਾ ਕੈਰੀਅਰ ਜਿਓਲੋਜੀਕਲ ਸਰਵੇ 'ਚ। ਓਕੇ। ਉੱਥੋਂ ਸ਼ੁਰੂ ਕੀਤਾ ਸੀ ਬਾਟਮ ਤੋਂ ਅਤੇ ਟਾਪ 'ਤੇ ਜਾ ਕੇ ਫਿਨਿਸ਼ ਹੋਇਆ ਸੀ। ਓਕੇ। ਸੋ ਆਈ ਐਮ ਏ ਜਿਓਲੋਜਿਸਟ ਅਬਸੋਲੂਟਲੀ। ਓਕੇ। ਅਤੇ ਮਾਊਂਟੇਨੀਅਰਿੰਗ ਵਾਸ ਏ ਕਾਇੰਡ ਆਫ ਹਾਬੀ ਜਿਹਦੇ 'ਚ ਮੈਨੂੰ ਓਪਰਚੁਨਿਟੀਜ਼ ਮਿਲਦੀਆਂ ਹੈਗੀਆਂ, ਟਾਪ ਦੀ ਟਾਪ ਕਲਾਸ ਓਪਰਚੁਨਿਟੀਜ਼। ਟ੍ਰੇਨਿੰਗ ਵਾਸਤੇ ਯੂ ਕਾਂਟ ਹੈਵ ਬੈਟਰ ਦੈਨ ਤੇਨਜ਼ਿੰਗ ਨਾਰਗੇ, ਉਹਨਾਂ ਕੋਲ ਟ੍ਰੇਨਿੰਗ ਮਿਲੀ। ਉਹਨਾਂ ਦੇ ਕਰਕੇ ਪਹਿਲੇ ਐਕਸਪੀਡੀਸ਼ਨ ਜਿਹੜਾ ਡਾਕਟਰ ਐਵਰੈਸਟ ਜਾ ਰਿਹਾ ਸੀਗਾ 1960 ਵਿੱਚ, 1960 'ਚ, ਉਹਦੇ 'ਚ ਮੈਨੂੰ ਮੈਂਬਰ ਬਣਾਇਆ ਗਿਆ ਔਰ ਉਸੇ ਐਕਸਪੀਡੀਸ਼ਨ ਦੇ ਵਿੱਚ ਮੈਨੂੰ ਟਾਪ 'ਤੇ ਚੜ੍ਹਨ ਦੀ ਜਿਹੜੀ ਟੀਮ ਸੀ ਉਹਦੇ 'ਚ ਮੌਕਾ ਦਿੱਤਾ ਗਿਆ। ਇਹ ਪਹਿਲਾ ਇੰਡੀਅਨ ਗਰੁੱਪ ਸੀ ਜਿਹਦੇ ਨਾਲ ਤੁਸੀਂ ਐਵਰੈਸਟ ਦੇ ਵਿੱਚ ਗਏ ਸੀ ਔਰ ਐਵਰੈਸਟ ਨੂੰ ਸਰ ਕੀਤਾ ਸੀ? ਹਾਂਜੀ, ਪਹਿਲਾ ਅਬਸੋਲੂਟ ਪਹਿਲਾ। ਹਾਂਜੀ। ਉਸ ਤੋਂ ਬਾਅਦ ਫਿਰ ਦੋ ਹੋਰ ਐਕਸਪੀਡੀਸ਼ਨ ਹੋਏ 1962 ਦੇ ਵਿੱਚ ਅਤੇ 1965 ਦੇ ਵਿੱਚ, ਅਤੇ ਪਹਿਲੀ ਦੋ ਵਾਰੀ ਮਿਸ ਹੋ ਗਿਆ, ਟਾਪ ਨਹੀਂ ਚੜ੍ਹ ਸਕੇ। 65 ਦੇ ਵਿੱਚ ਸਾਰੀ ਕਸਰ ਪੂਰੀ ਕਰ ਦਿੱਤੀ, ਨੌਂ ਬੰਦੇ ਟਾਪ 'ਤੇ ਚੜ੍ਹੇ ਅਤੇ ਉਹ ਬੜੇ ਸਾਲ ਰਿਕਾਰਡ ਲਿਆ ਕਿ ਇੱਕ ਟੀਮ ਦੇ ਨੌਂ ਬੰਦੇ ਟਾਪ 'ਤੇ ਚੜ੍ਹ ਗਏ। ਟਾਪ 'ਤੇ ਚੜ੍ਹੇ। ਐਂਡ ਤੁਸੀਂ ਪਹਿਲੇ ਸਿਵਿਲੀਅਨ ਸੀ ਜਿਹੜੇ ਉਸ ਟੀਮ ਦੇ ਵਿੱਚ ਸੀਗੇ ਜਾਂ ਹੋਰ ਵੀ ਕੋਈ ਸਿਵਿਲੀਅਨ ਸੀ ਉਸ ਤੁਹਾਡੇ ਤੋਂ ਇਲਾਵਾ? ਐਕਚੁਅਲੀ ਸਿਵਿਲੀਅਨਸ ਬਹੁਤ ਘੱਟ ਹੋਏ ਨੇ ਐਸੋਸੀਏਟ ਮਾਊਂਟੇਨੀਅਰਿੰਗ ਦੇ ਵਿੱਚ। ਮਾਈ ਗੁੱਡ ਲੱਕ ਕਿ ਸਿਵਿਲੀਅਨਸ ਹਾਂ, ਕਿਉਂਕਿ ਸਿਵਿਲੀਅਨਸ ਦੇ ਵਿੱਚ ਐਡਵੈਂਚਰ ਸਪੋਰਟਸ ਜ਼ਿਆਦਾ ਹੁੰਦੀਆਂ ਨਹੀਂ, ਬਹੁਤ ਘੱਟ ਹੁੰਦੀਆਂ, ਇਸ ਵਾਸਤੇ ਉਹਨਾਂ ਦੀ ਐਸੋਸੀਏਸ਼ਨ ਨਹੀਂ ਹੁੰਦੀ। ਲੇਕਿਨ ਆਰਮੀ, ਬਾਰਡਰ ਪੁਲਿਸ, ਇਹਨਾਂ 'ਤੇ ਦਿਨ ਦਾ ਕੰਮ ਹੈ। ਠੀਕ ਹੈ। ਸੋ ਯੂ ਗੈਟ ਲੋਟਸ ਆਫ ਦਿਸ।
ਤੇ ਬਹੁਤ ਘੱਟ ਹੁੰਦੇ ਨੇ ਜਿਹੜੇ ਹਾਲਾਂਕਿ ਚਾਹੁੰਦੇ ਵੀ ਆਉਣ, ਲੇਕਿਨ ਇੰਨੇ ਵਿਚਾਰੇ ਫਿੱਟ ਨਹੀਂ ਹੁੰਦੇ, ਇੰਨੀ ਟ੍ਰੇਨਿੰਗ ਨਹੀਂ ਹੁੰਦੀ. ਸੋ ਆਈ ਵਾਜ਼ ਵਨ ਆਫ ਦ ਲੱਕੀਐਸਟ ਫੈਲੋਜ਼. ਉਸ ਟਾਈਮ 'ਤੇ ਜਦੋਂ ਤੁਸੀਂ ਉਸ ਟਰੁੱਪ ਦੇ ਵਿੱਚ ਗਏ ਸੀਗੇ, ਔਰ ਪਦਮ ਸ਼੍ਰੀ ਔਰ ਅਰਜੁਨ ਅਵਾਰਡ ਤੁਹਾਨੂੰ ਮਾਊਂਟ ਐਵਰੈਸਟ 'ਤੇ ਜਾਣ ਕਰਕੇ ਮਿਲਿਆ ਸੀ? ਜੀ, ਮਾਊਂਟ ਐਵਰੈਸਟ 'ਤੇ ਚੜ੍ਹਨ ਵਾਸਤੇ ਇਹ ਦੋਵੇਂ ਅਵਾਰਡ ਮਿਲੇ ਸੀ. ਔਰ ਇੱਕ ਇੱਕ ਹੋਰ ਟਾਈਟਲ ਜਿਹੜਾ ਮੈਂ ਪੜ੍ਹ ਰਿਹਾ ਸੀ ਤੁਹਾਡੇ ਬਾਰੇ ਕਿ ਫਾਦਰ ਆਫ ਗਲੇਸ਼ੋਲੋਜੀ, ਉਹ 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 ਕੀ ਹੈ, ਥੋੜ੍ਹਾ ਉਸ ਬਾਰੇ ਮੈਂ ਜਾਣਨਾ ਚਾਹੂੰਗਾ. ਮੈਂ ਇੱਥੇ ਚੰਡੀਗੜ੍ਹ ਹੁੰਦਾ ਸਾਂ ਉਸਲੇ ਜੀ, ਅਤੇ ਇੰਡੀਅਨ ਐਸੋਸੀਏਸ਼ਨ ਆਫ ਹਾਈਡਰੋਲੋਜੀਕਲ ਸਾਇੰਸਿਸ ਦਿੱਲੀ ਬਣੀ ਸੀ. ਸੋ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਅਤੇ ਮੈਂ ਉਸ 'ਚ ਬੜਾ ਇੰਟਰਸਟ ਲਿਆ. ਤੋ ਉੱਥੋਂ ਮੈਂ ਚਲਾ ਗਿਆ ਯੂਨੈਸਕੋ ਦੀ ਟ੍ਰੇਨਿੰਗ ਵਾਸਤੇ, ਗਲੇਸ਼ੀਅਰ ਸਟੱਡੀਜ਼ ਦੀ, ਮਾਡਰਨ ਗਲੇਸ਼ੀਅਰ ਸਟੱਡੀਜ਼ ਜਿਹੜੀਆਂ ਕਿ ਵਾਟਰ ਲਿੰਕਡ ਹੁੰਦੀਆਂ, ਠੀਕ ਹੈ, ਕਲਾਈਮੇਟ ਲਿੰਕਡ ਹੁੰਦੀਆਂ, ਵਾਟਰ ਬਾਡੀ ਲਿੰਕਡ ਹੁੰਦੀਆਂ. ਸੋ ਟ੍ਰੇਨਿੰਗ ਮੈਂ ਕਰਕੇ ਆਇਆ ਅਤੇ ਫਿਰ ਆ ਕੇ ਇੱਥੇ ਮੈਂ ਦੇਖਿਆ ਕਿ ਸਿਰਫ ਜਿਓਲੋਜੀ ਵਾਲੇ ਨਾਲ ਕੰਮ ਨਹੀਂ ਚੱਲਦਾ, ਇਹਦੇ 'ਚ ਹੋਰ ਬੜੇ ਇਨਪੁੱਟਸ ਚਾਹੀਦੇ. ਸੋ 6 ਹੋਰ ਆਰਗੇਨਾਈਜੇਸ਼ਨ ਦੇ ਉਹਨਾਂ ਵਿੱਚ ਜਾ ਕੇ ਉਹਨਾਂ ਨੂੰ ਕਹਿ ਕੇ ਉਹਨਾਂ ਦੇ ਸੈਂਟਰ ਸ਼ੁਰੂ ਕਰਵਾਏ, ਠੀਕ ਹੈ. ਸੋ ਉਹਨਾਂ ਸਾਰਿਆਂ ਨੂੰ ਲੈ ਕੇ ਇੰਟੀਗ੍ਰੇਟਿਡ ਪ੍ਰੋਗਰਾਮ ਬਣਾਏ. ਜਿਓਲੋਜੀਕਲ ਸਰਵੇ ਨੇ ਟੂ ਆਨਰ ਮੀ, ਦੇ ਸਟਾਰਟਿਡ ਏ ਨਿਊ ਡਿਵੀਜ਼ਨ ਆਫ ਗਲੇਸ਼ੀਓਲੋਜੀ. ਓਕੇ. ਅਤੇ ਗਵਰਨਮੈਂਟ ਆਫ ਇੰਡੀਆ ਨੇ ਇੱਕ ਨੈਸ਼ਨਲ ਕਮੇਟੀ ਬਣਾਈ ਟੂ ਕੋਆਰਡੀਨੇਟ ਆਲ ਦਿਸ. ਸੋ ਆਈ ਵਾਜ਼ ਚੇਅਰਮੈਨ ਆਫ ਦੈਟ ਨੈਸ਼ਨਲ ਕਮੇਟੀ. ਸੋ ਇਹ ਸਾਰਾ ਪ੍ਰੋਗਰਾਮ ਸ਼ੁਰੂ ਕੀਤਾ, ਬੜਾ ਸਕਸੈਸਫੁਲ ਰਿਹਾ. ਪਹਿਲਾ ਪੇਪਰ ਜਿਹੜਾ ਅਸੀਂ ਪਬਲਿਸ਼ ਕੀਤਾ ਆਪਣੇ ਡਿਵੀਜ਼ਨ 'ਚੋਂ, ਦੈਟ ਵਾਜ਼ ਅਵਰ ਟਾਰਗੇਟ, ਇਟ ਸ਼ੁੱਡ ਗੋ ਟੂ ਦੀ ਟਾਪ ਮੋਸਟ ਇੰਟਰਨੈਸ਼ਨਲ ਜਰਨਲ. ਔਰ ਜਿਹੜਾ ਪਹਿਲਾਂ ਸੀ ਫਟਾਫਟ ਐਕਸੈਪਟ ਕੀਤਾ ਉਹਨਾਂ ਨੇ, ਔਰ ਹੱਦ ਇੱਥੇ ਥੋੜ੍ਹੀ ਪਹੁੰਚੀ ਕਿ ਯੂਨੈਸਕੋ ਵਾਂਟਿਡ ਟੂ ਸੈਟ ਅ ਵਰਲਡ ਡਾਟਾ ਸੈਂਟਰ ਇਨ ਮਾਈ ਆਫਿਸ. ਅਨਫੋਰਚੁਨੇਟਲੀ ਮੈਨੂੰ ਫਿਰ ਦੂਸਰੇ ਕੰਮਾਂ ਵਾਸਤੇ ਜਾਣਾ ਪਿਆ, ਆਈ ਗਾਟ ਪੋਸਟਡ ਟੂ ਭੂਟਾਨ, ਉੱਥੇ ਹੋਰ ਪ੍ਰੋਬਲਮ ਸਨ, ਜਿਸ ਕਰਕੇ ਅਤੇ ਸੋ ਦੈਟ ਇਜ਼ ਵਾਈ ਦੇ ਕਾਲ ਮੀ ਫਾਦਰ. ਤੋ ਹੋਰ ਵੀ ਬਹੁਤ ਸਾਰੀਆਂ ਅਚੀਵਮੈਂਟਸ ਨੇ ਜਿਹੜੀਆਂ ਵੋਹਰਾ ਸਾਹਿਬ ਦੇ ਨਾਮ ਨੇ. ਐਂਟਾਰਟਿਕਾ ਦਾ ਸਫ਼ਰ ਇਹਨਾਂ ਦਾ ਕਿਸ ਤਰੀਕੇ ਦਾ ਰਿਹਾ, ਕਿਉਂਕਿ 1981-82 ਦੇ ਵਿੱਚ ਜਦੋਂ ਇਹ ਐਂਟਾਰਟਿਕਾ ਗਏ ਸੀ ਉਦੋਂ ਵੀ ਉਹ ਪਹਿਲਾ ਇੰਡੀਅਨ ਗਰੁੱਪ ਸੀ ਜਿਹੜਾ ਉੱਥੇ ਐਕਸਪੀਡੀਸ਼ਨ ਕਰਕੇ ਆਇਆ ਸੀਗਾ. ਸੋ ਇਸ ਸਫ਼ਰ ਬਾਰੇ ਵੀ ਗੱਲਬਾਤ ਕਰਾਂਗੇ. ਇੱਕ ਛੋਟਾ ਜਿਹਾ ਬ੍ਰੇਕ, ਬ੍ਰੇਕ ਤੋਂ ਬਾਅਦ ਸਾਡਾ ਇਹ ਖਾਸ ਮੁਲਾਕਾਤ ਦਾ ਸਫ਼ਰ ਇਸੇ ਤਰੀਕੇ ਨਾਲ ਜਾਰੀ ਰਹੇ. ਬ੍ਰੇਕ ਤੋਂ ਬਾਅਦ ਸਾਡੇ ਇਸ ਖਾਸ ਮੁਲਾਕਾਤ ਦੇ ਸਫ਼ਰ ਵਿੱਚ ਦਰਸ਼ਕਾਂ ਦਾ ਸਵਾਗਤ ਹੈ. ਅਸੀਂ ਗੱਲਬਾਤ ਕਰ ਰਹੇ ਹਾਂ ਸੀਪੀ ਵੋਹਰਾ ਸਾਹਿਬ ਦੇ ਨਾਲ, ਐਵਰੈਸਟ ਹੀਰੋ, ਐਂਟਾਰਟਿਕਾ ਹੀਰੋ, ਔਰ ਹੋਰ ਕਿੰਨੇ ਖਿਤਾਬ, ਟਾਈਗਰ ਆਫ ਜਿਓਲੋਜੀ ਇਹਨਾਂ ਦੇ ਨਾਮ ਨੇ. ਵੋਹਰਾ ਸਾਹਿਬ, ਜਿਹੜੀ ਆਪਾਂ ਗੱਲ ਬ੍ਰੇਕ ਤੋਂ ਪਹਿਲੇ ਕਰ ਰਹੇ ਸੀਗੇ, ਐਵਰੈਸਟ ਦੀ ਤੁਸੀਂ ਐਕਸਪੀਰੀਅੰਸ ਸਾਡੇ ਨਾਲ ਸਾਂਝਾ ਕੀਤਾ, ਐਂਟਾਰਟਿਕਾ ਦਾ ਕਿਵੇਂ ਇੱਕਦਮ ਸਬੱਬ ਬਣਿਆ, ਜਾਂ ਕਿ ਉਸ ਦੇ ਲਈ ਤੁਹਾਨੂੰ ਸਪੈਸ਼ਲੀ ਅਪਰੋਚ ਕੀਤਾ ਗਿਆ, ਜਾਂ ਤੁਸੀਂ ਖੁਦ ਜਿਵੇਂ ਕਿਹਾ ਕਿ ਮੇਰੀ ਆਪਣੀ ਇੱਛਾ ਸੀ ਜਾਂ ਮੈਨੂੰ ਨਵੇਂ ਨਵੇਂ ਤਜਰਬੇ ਕਰਨੇ ਅੱਛੇ ਲੱਗਦੇ ਸੀ ਉਸ ਵਜ੍ਹਾ ਨਾਲ ਗਏ? ਉਸ ਵੇਲੇ ਬਿਲਕੁਲ ਸੀਕਰਟ ਸੀਗਾ ਇਹ, ਅਤੇ ਮੈਨੂੰ ਮੈਂ ਉਦੋਂ ਭੂਟਾਨ ਕੰਮ ਕਰਦਾ ਪਿਆ ਸਾਂ, ਇਹਨਾਂ ਨੇ ਮੈਨੂੰ ਬੁਲਾਇਆ ਦਿੱਲੀ, ਅਤੇ ਮੇਰੇ ਬਾਸ ਨੂੰ ਵੀ ਨਹੀਂ ਸੀ ਪਤਾ, ਮੇਰੇ ਡੀ ਜੀ ਸਰ ਜਿਹੜੇ ਉਹ ਕਹਿਣਗੇ ਤੂੰ ਕਿੱਥੇ ਜਾ ਰਿਹਾ ਬਾਈ, ਇਹ ਕਿਉਂ ਬੁਲਾਇਆ ਤੈਨੂੰ ਸਵੇਰ ਦੇ, ਅਤੇ ਬੜੇ ਟੈਲੀਫੋਨ ਆ ਚੁੱਕੇ. ਜਿਹੜਾ ਸੈਕਟਰੀ ਸੀ ਸਾਡਾ ਮਿਨਿਸਟਰੀ ਦਾ, ਉਹਨਾਂ ਨੂੰ ਨਹੀਂ ਸੀ ਪਤਾ. ਮੈਂ ਉਹਨੂੰ ਜਾ ਕੇ ਪੁੱਛਿਆ, ਮੈਂ ਕਿਹਾ ਜੀ ਕਿਸ ਵਾਸਤੇ, ਕਹਿੰਦੇ ਤੂੰ ਜਾ ਕੇ ਕੈਬਨਿਟ ਸੈਕਟਰੀ ਨੂੰ ਮਿਲਣਾ, ਮੈਨੂੰ ਕੋਈ ਨਹੀਂ ਪਤਾ. ਅਤੇ ਮੈਂ ਵੀ ਬੜਾ ਘਬਰਾ ਗਿਆ, ਮੈਂ ਕਿਹਾ ਕੀ ਗੱਲ ਹੈ. ਉੱਥੇ ਪਹੁੰਚਿਆ ਅਤੇ ਵੱਡਾ ਸਾਰਾ ਹਾਲ, ਉਹਦੇ 'ਚ ਲੰਬਾ ਸਾਰਾ ਟੇਬਲ ਲੱਗਿਆ, 8 ਬੰਦੇ ਬੈਠੇ ਹੋਏ, ਅਤੇ ਮੈਂ ਵਾਕ ਕਰਦਾ ਕਰਦਾ ਉਹਨਾਂ ਕੋਲ ਪਹੁੰਚਿਆ ਕਿ ਸਾਹਮਣੇ ਕੁਰਸੀ ਪਈ ਹੋਈ, ਅਤੇ ਮੈਂ ਬੈਠ ਗਿਆ. ਤਾਂ ਉਹ ਕਹਿੰਦੇ ਜੀ ਇਹ ਠੀਕ ਹੈ. ਮੈਂ ਕਿਹਾ ਜੀ ਕੀ ਠੀਕ ਹੈ? ਅਤੇ ਠੀਕ ਹੈ, ਕਹਿੰਦੇ ਅਸੀਂ ਇੱਕ ਪ੍ਰੋਜੈਕਟ ਹੈ ਉਹਦੇ ਵਾਸਤੇ ਤੈਨੂੰ ਬੁਲਾਇਆ, ਪਰ ਤੈਨੂੰ ਅਸੀਂ ਪ੍ਰੋਜੈਕਟ ਨਹੀਂ ਦੱਸ ਸਕਦੇ ਜਿਹਦੇ ਤੂੰ ਕਹੇ ਕਿ ਹਾਂ ਮੈਨੂੰ ਮਨਜ਼ੂਰ ਹੈ. ਮੈਂ ਕਿਹਾ ਜੀ ਇਸ ਤਰ੍ਹਾਂ ਤੈਨੂੰ ਮੈਂ ਕਰ ਸਕਦਾ ਕਿ ਬਿਨਾਂ ਸੀਕ੍ਰੇਟ ਮਿਸ਼ਨ ਹੈ, ਸੀਕ੍ਰੇਟ ਮਿਸ਼ਨ. ਮੈਂ ਕਿਹਾ ਜੀ ਮੈਂ ਨਹੀਂ ਕਰ ਸਕਦਾ, ਜਾਂ ਤਾਂ ਤੁਸੀਂ ਦੱਸੋ ਫਿਰ ਤਾਂ ਠੀਕ ਹੈ, ਮਤਲਬ ਮੈਂ ਨਹੀਂ ਕਰ ਸਕਦਾ. ਫਿਰ ਉਹਨਾਂ ਆਪਸ ਸਲਾਹ ਕੀਤੀ, ਫਿਰ ਦੱਸਿਆ ਕਿ ਅਸੀਂ ਇੱਕ ਐਕਸਪੀਡੀਸ਼ਨ ਭੇਜਣਾ ਚਾਹੁੰਦੇ ਹਾਂ ਐਂਟਾਰਕਟਿਕ, ਔਰ ਬਿਲਕੁਲ ਸੀਕ੍ਰੇਟ ਹੈ, ਤੁਸੀਂ ਆਪਣੀ ਵਾਈਫ ਨੂੰ ਨਹੀਂ ਦੱਸਣਾ, ਇੰਨਾ ਸੀਕ੍ਰੇਟ ਹੈ. ਅਤੇ ਹੁਣ ਦੱਸੋ
ਤੁਹਾਡੀ ਸਾਨੂੰ ਚਾਹੀਦੀ ਹੈ, ਐਕਸੈਪਟੈਂਸ ਚਾਹੀਦੀ ਹੈ। ਠੀਕ ਹੈ। ਮੈਂ ਕਿਹਾ ਜੀ ਮੇਰੀ ਵਾਈਫ ਜਿਹੜੀ ਹੈ ਉਹਦੀ ਟੰਗ ਟੁੱਟੀ ਹੋਈ ਹੈ, ਉਹ ਭੂਟਾਨ ਦੇ ਵਿੱਚ ਸਾਮਚੀ 'ਚ ਪਈ ਹੋਈ ਹੈ, ਤਾਂ ਉਹਨੂੰ ਪੁੱਛੇ ਵੀ ਨਾ ਮੈਂ ਤੁਹਾਨੂੰ ਕਿਸੇ ਕਹਿ ਦਿਆਂ ਮੈਨੂੰ ਡਾਕਟਰ ਭੇਜ ਦਿਓ। ਅਤੇ ਕਹਿਣ ਲੱਗੇ ਲਾਓ ਦੇ ਨਾਲ ਗੱਲ ਕਰਾ ਦਿੰਦੇ ਹਾਂ। ਮੈਂ ਕਿਹਾ ਜੀ ਉਹ ਤੁਸੀਂ ਕਿਸ ਤਰ੍ਹਾਂ ਗੱਲ ਕਰਾਓਗੇ? ਉਹ ਕਹਿ ਕੋਈ ਨਹੀਂ, ਤਾਂ ਪ੍ਰਾਈਮ ਮਿਨਿਸਟਰ ਦਾ ਸੈਕਟਰੀ ਸੀ, ਉਹ ਲੈ ਗਿਆ ਉੱਥੇ ਪ੍ਰਾਈਮ ਮਿਨਿਸਟਰ ਦੇ ਆਫਿਸ 'ਚ। ਜਿੰਨੀ ਦੇਰ ਅਸੀਂ ਕਾਫੀ ਸ਼ਾਫੀ ਪੀਤੀ, ਅਤੇ ਉਹ ਕਹਿਣ ਲਓ ਜੀ ਗੱਲ ਕਰੋ। ਮੈਂ ਕਿਹਾ, ਮੈਂ ਕਿਹਾ ਸਤਿੰਦਰ ਮੈਂ ਦਿੱਲੀ ਤੋਂ ਬੋਲ ਰਿਹਾ। ਕਹਿੰਦੇ ਮਜ਼ਾਕ ਕਰਦੇ ਹੋ, ਬਨਾਰ ਹੱਟ ਤੂੰ ਤਾਂ ਇੱਥੇ ਗੱਲ ਨਹੀਂ ਹੋ ਸਕਦੀ, ਅਤੇ ਤੁਸੀਂ ਦਿੱਲੀ ਤੋਂ ਕਰ ਰਹੇ ਹੋ। ਮੈਂ ਕਿਹਾ ਮੈਂ ਪ੍ਰਾਈਮ ਮਿਨਿਸਟਰ ਦਫ਼ਤਰ ਤੋਂ ਗੱਲ ਕਰ ਰਿਹਾ, ਇਸ ਤਰ੍ਹਾਂ ਦੀ ਆਈ ਹੈ ਗੱਲ, ਅਤੇ ਕੀ ਕਰਾਂ। ਉਹਨੇ ਮੈਨੂੰ ਕਦੀ ਨਾ ਨਹੀਂ ਕੀਤੀ ਕਿਸੇ ਗੱਲ ਵਾਸਤੇ, ਨਾ ਮੇਰੇ ਪੇਰੈਂਟਸ ਨੇ ਕਦੀ ਨਾ ਕੀਤੀ ਹੈ। ਕਹਿਣ ਲੱਗੀ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਜਾਓ, ਲੇਕਿਨ ਮੇਰਾ ਇੱਥੇ ਛੋੜ ਕੇ ਜਾਓ ਕਿ ਕਿਸਾਂ ਕਰੋਗੇ? ਤਾਂ ਉਹਨਾਂ ਨੂੰ ਮੈਂ ਕਿਹਾ ਜੀ ਕਿ ਉਹਨੂੰ ਕਮ ਸੇ ਕਮ ਚੰਡੀਗੜ੍ਹ ਪਹੁੰਚਾ ਦੀ, ਉੱਥੇ ਪੇਕੇ ਲਾਉਂਦੇ, ਉਸੇ ਵੇਲੇ ਬਣ ਕੇ ਹੁਣੇ ਬੰਦੋਬਸਤ ਕਰਦੇ ਨੇ। ਸੋ ਦੈਟ ਇਜ਼ ਹਾਊ ਇਟ ਸਟਾਰਟਿਡ। ਔਰ ਕਹਿਣ ਲੱਗੇ ਕਿ ਤੁਹਾਨੂੰ ਕਿੰਨੀ ਦੇਰ ਚਾਹੀਦੀ ਇਹਨੂੰ ਆਰਗੇਨਾਈਜ਼ ਕਰਨ ਵਾਸਤੇ? ਮੈਂ ਕਿਹਾ ਜੀ ਡਿਪੈਂਡ ਕਰਦਾ ਤੁਸੀਂ ਕੀ ਕੀਤਾ ਹਾਲੇ ਤੁਹਾਡੀ। ਮੈਂ ਕਿਹਾ ਅਸੀਂ ਤੈਨੂੰ ਬੁਲਾ ਲਿਆ ਕਿ ਤੁਸੀਂ ਹੁਣ ਸਾਰਾ ਜਿਹੜਾ ਗਰੁੱਪ ਹੈ ਉਸਨੂੰ ਆਰਗੇਨਾਈਜ਼ ਕਰੋਗੇ, ਕਿਵੇਂ ਲੈ ਕੇ ਜਾਣਾ, ਕਿੰਨੇ ਬੰਦੇ ਹੈ, ਔਰ ਕਿੰਨੇ ਟਾਈਮ ਦੇ ਵਿੱਚ ਉਸਨੂੰ ਪੂਰਾ ਕਰਨਾ? ਕੀ ਪਲਾਨ ਹੈ, ਕੀ ਕਰਨਾ ਉੱਥੇ ਜਾ ਕੇ, ਇਨਕਲੂਡਿੰਗ ਆਲ ਦਿਸ? ਅਤੇ ਮੈਂ ਕਿਹਾ ਜੀ 3 ਸਾਲ ਦੇ ਦਿਓ, ਦਿਸ ਇਜ਼ ਰੀਜ਼ਨੇਬਲ ਟਾਈਮ। ਉਹ ਕਹਿੰਦੇ ਨਹੀਂ 3 ਸਾਲ ਨਹੀਂ, ਪ੍ਰਾਈਮ ਮਿਨਿਸਟਰ ਕਹਿੰਦੀ ਹੈ ਕਿ 3 ਮਹੀਨਿਆਂ 'ਚ ਭੇਜਣਾ ਮੈਂ ਐਕਸਪੀਡੀਸ਼ਨ। ਮੈਂ ਕਿਹਾ ਜੀ ਮਨਜ਼ੂਰ ਹੈ, ਲੇਕਿਨ ਤੁਸੀਂ ਮੇਰੀ ਸ਼ਰਤ ਪਹਿਲਾਂ ਸੁਣ ਲਓ। ਕਹਿੰਦੇ ਕੀ? ਮੈਂ ਕਿਹਾ ਜੇ ਮੈਂ ਤੁਹਾਨੂੰ ਪੈਨਸਲ ਦੇ ਨਾਲ ਕਾਗਜ਼ 'ਤੇ ਲਿਖ ਕੇ ਸਲਿੱਪ ਦੇ ਦੇਵਾਂ ਤਾਂ ਸਮਝੋ ਕਿ ਉਹ ਹੋ ਗਿਆ। ਜੇ ਮੈਂ ਤੁਹਾਨੂੰ ਜ਼ੁਬਾਨੀ ਕਹਾਂ ਇਸ ਚੀਜ਼ ਦੀ ਮੈਨੂੰ ਲੋੜ ਹੈ ਤਾਂ ਕਹੋ ਕਿ ਹੋ ਗਿਆ, ਤਾਂ ਗੱਲ ਹੋ ਸਕਦੀ ਹੈ। ਕਿਉਂਕਿ ਜੇ ਫਾਈਲਾਂ ਅਪਰੂਵਲ ਦੇ ਵਿੱਚ ਉਲਝ ਜਾਣ ਫਿਰ ਤਾਂ ਕੰਮ ਸਾਲਾਂ ਬੱਧੀ ਵੀ ਨਹੀਂ ਹੁੰਦਾ। ਉਹਨਾਂ ਨੇ ਇਹ ਗੱਲ ਮੰਨ ਲਈ, ਮੈਂ ਉਹਨਾਂ ਦੀ ਗੱਲ ਮੰਨ ਲਈ। ਤੁਸੀਂ ਫਿਰ ਕਿੰਨੇ ਚਿਰ 'ਚ ਉਸਨੂੰ ਪੂਰਾ ਕੀਤਾ? 3 ਮਹੀਨਿਆਂ 'ਚ। ਅੱਜ ਕੱਲ੍ਹ ਜਿਵੇਂ ਮੈਂ ਐਵਰੈਸਟ ਜਾਂ ਐਂਟਾਰਟਿਕਾ ਦੋਨਾਂ ਦੀ ਗੱਲ ਕਰਾਂ, ਅੱਜ ਕੱਲ੍ਹ ਔਰ ਉਸ ਟਾਈਮ ਦੇ ਵਿੱਚ ਕਿੰਨਾ ਫਰਕ ਆ ਗਿਆ ਜੀ? ਜੇ ਹੁਣ ਅੱਜ ਕੱਲ੍ਹ ਜਿਹੜੇ ਜਾਂਦੇ ਆ ਜਾਂ ਸਰ ਕਰਦੇ ਆ ਉਹਨਾਂ ਦੇ ਲਈ ਕਿੰਨਾ ਕੁ ਈਜ਼ੀ ਹੋ ਗਿਆ? ਹੁਣ ਦੇਖੋ ਕਿ ਅਸੀਂ ਚੱਲੇ ਸਾਂ ਗੋਆ ਤੋਂ, ਮਾਰੀਸ਼ਸ ਵਾਸ ਅਵਰ ਲਾਸਟ ਸਟਾਪ। ਉੱਥੋਂ ਲਾਈਨ ਖਿੱਚੀ ਸੀ ਅਕਰਾਸ ਦੇ ਇੰਡੀਅਨ ਓਸ਼ਨ, ਐਸਾ ਇੱਥੇ ਜਾਣਾ? ਠੀਕ ਹੈ। ਨੋ ਬਡੀ ਡਸ ਦਿਸ। ਅੱਜ ਵੀ ਤੁਸੀਂ ਕਿਸੇ ਨੇਵੀ ਵਾਲੇ ਨੂੰ ਗੱਲ ਕਰ ਲਓ, ਇਸ ਤਰ੍ਹਾਂ ਕਦੀ ਜਾਂਦਾ ਨਹੀਂ ਜਾਂਦੇ। ਅੱਜ ਕੱਲ੍ਹ ਤਾਂ ਬਹੁਤ ਹੀ ਆਸਾਨ ਹੈ, ਫਲਾਈ ਕਰਕੇ ਜਾਂਦੇ ਨੇ ਸਾਊਥ ਅਮਰੀਕਾ, ਸਾਊਥ ਅਮਰੀਕਾ ਤੋਂ ਫਲਾਈ ਕੀਤੀ ਅਤੇ ਉੱਥੇ ਪਹੁੰਚ ਗਏ, ਉੱਥੇ ਏਅਰ ਏਅਰ ਫੀਲਡ ਬਣੀ ਹੋਈ ਹੈ ਕੈਂਪ ਦੇ ਕੋਲ, ਉੱਥੇ ਪਹੁੰਚ ਜਾਂਦੇ। ਇੱਕ ਇੱਕ ਗਲੇਸ਼ੀਅਰ ਸਟੱਡੀ ਦਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੀਗੇ ਉਹ ਬੜੀ ਇੰਪੋਰਟੈਂਟ ਹੈ, ਔਰ ਪਿਛਲੇ ਟਾਈਮ ਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਬੜੀਆਂ ਐਸੀਆਂ ਤਰਾਸਦੀ ਹੋਈਆਂ, ਜਿਵੇਂ ਉੱਤਰਾਖੰਡ ਦੇ ਵਿੱਚ ਹੋਈ ਜਾਂ ਸ਼੍ਰੀਨਗਰ ਜੰਮੂ ਕਸ਼ਮੀਰ ਦੇ ਵਿੱਚ ਹੋਈ, ਕੁਦਰਤੀ ਆਫਤਾਂ ਜਿਹੜੀਆਂ ਆਮ ਤੌਰ 'ਤੇ ਆਪਾਂ ਦੇਖਦੇ ਹਾਂ, ਹੜ੍ਹਾਂ, ਹੁਣ ਭੂਚਾਲ ਬਹੁਤ ਵੱਡੀ ਤਰਾਸਦੀ ਉਹਦੇ ਨਾਲ ਹੋਈ ਹੈ ਨੇਪਾਲ ਦੇ ਵਿੱਚ, ਦੁਬਾਰਾ ਫਿਰ ਉਸ ਦੇ ਝਟਕੇ ਜਿਹੜੇ ਆ ਉਹ ਦੇਖੇ ਜਾ ਰਹੇ ਆ। ਸੋ ਇਹਨਾਂ ਚੀਜ਼ਾਂ ਦੀ ਕਿੰਨੀ ਇੰਪੋਰਟੈਂਸ ਹੈ ਅਗਰ ਆਪਾਂ ਜ਼ਿਕਰ ਕਰੀਏ, ਕਿ ਇਹ ਇਹ ਤੁਹਾਡੇ ਮੁਤਾਬਕ ਕਿ ਇਹ ਟ੍ਰੈਜਡੀਜ਼ ਜਿਹੜੀਆਂ ਨੇ ਇਹ ਅਚਾਨਕ ਆ ਗਈਆਂ, ਕਿਸੇ ਨੂੰ ਪਤਾ ਨਹੀਂ ਸੀ? ਇਹਦੀਆਂ ਇੰਡੀਕੇਸ਼ਨ ਆਉਣੀਆਂ ਸ਼ੁਰੂ ਹੋ ਗਈਆਂ ਸੀ ਬਹੁਤ ਪਹਿਲਾਂ। ਮੈਂ ਲਖਨਊ ਪੋਸਟਿਡ ਸਾਂ ਜਦੋਂ ਗਲੇਸ਼ੀਅਰੋਲੋਜੀ ਦਾ ਸ਼ੁਰੂ ਕੀਤਾ, ਅਤੇ ਇੱਕ ਫਲੱਡ ਆਇਆ ਸੀ ਗੰਗਾ ਦੇ ਵਿੱਚ, ਉਸਦੇ ਨਾਲ ਕੀ ਹੋਇਆ ਕਿ ਜਿੰਨੇ ਵਿਲੇਜ ਸਨ ਸਾਈਡ 'ਤੇ ਉਹ ਸਾਰੇ ਦੱਬੇ ਗਏ ਸੀ ਡਿਬਰੀਜ਼ ਦੇ ਥੱਲੇ। ਠੀਕ ਹੈ। ਸੋ ਅਸੀਂ ਜਾ ਕੇ ਇਨਵੈਸਟੀਗੇਟ ਕੀਤਾ, ਸਾਡੀਆਂ ਟੀਮਾਂ ਗਈਆਂ, ਇੰਜੀਨੀਅਰਿੰਗ ਜੀਓਲੋਜੀ ਦੀ ਟੀਮ ਗਈ, ਅਤੇ ਉਹ ਬੈਠ ਕੇ ਫਿਰ ਬਸ ਐਨਾਲਾਈਜ਼ ਕੀਤਾ ਕਿ ਸਿਚੁਏਸ਼ਨ ਕਿਸ ਤਰ੍ਹਾਂ ਦੀ ਬਣ ਰਹੀ ਹੈ, ਕਿਉਂਕਿ ਗਲੋਬਲ ਵਾਰਮਿੰਗ ਤਾਂ ਸਾਨੂੰ ਕਲੀਅਰ ਹੋ ਰਿਹਾ ਸੀ ਗਲੇਸ਼ੀਅਰੋਲੋਜੀ ਸਟੱਡੀਜ਼ ਤੋਂ ਕਿ ਗਲੋਬਲ ਵਾਰਮਿੰਗ ਆ ਰਹੀ ਹੈ। ਠੀਕ ਹੈ। ਇਸ ਦਾ ਸਰਕੂਲੇਸ਼ਨ, ਏਅਰ ਸਰਕੂਲੇਸ਼ਨ 'ਤੇ ਕੀ ਫਰਕ ਪਏਗਾ? ਠੀਕ ਹੈ। ਮੌਨਸੂਨ ਜਿਹੜੀ ਹੈ ਇਹ ਪੁਰਾਣੀ ਜਿਹੜੀ ਸਟੱਡੀ ਜਿਹੜੀ ਅੰਗਰੇਜ਼ਾਂ ਦੇ ਜ਼ਮਾਨੇ 'ਚ ਹੋਈ ਸੀ, ਅੰਗਰੇਜ਼ਾਂ ਨੇ ਕੀਤੀ ਸੀ ਕਿ 13,000 ਫੁੱਟ ਤੋੜੀ ਜਾਂਦੀ ਹੈ, ਉਸ ਤੋਂ ਉੱਪਰ ਨਹੀਂ ਜਾਂਦੀ, ਪੈਨੀਟ੍ਰੇਟ ਨਹੀਂ ਕਰਦੀ ਹਾਇਰ ਆਲਟੀਚਿਊਡ 'ਤੇ। ਹੁਣ ਚੇਂਜ ਹੋਣ ਕਰਕੇ ਇਹਦੀ ਪੈਨੀਟ੍ਰੇਸ਼ਨ ਡੀਪਰ ਹੋ ਜਾਏਗੀ, ਹਾਇਰ ਲੈਵਲਸ ਤੋੜੀ ਜਾਏਗੀ, ਔਰ ਹਾਇਰ ਲੈਵਲਸ 'ਤੇ ਬਹੁਤ ਡੈਬਰੀਜ਼ ਪਈਆਂ ਹੋਈਆਂ, ਗਲੇਸ਼ੀਅਰ ਡੈਬਰੀਜ਼
ਜਿਹੜੀਆਂ ਹਜ਼ਾਰਾਂ ਸਾਲਾਂ ਤੋਂ ਜਮ੍ਹਾਂ ਹੋ ਰਹੀਆਂ, ਕਿਉਂਕਿ ਉੱਥੇ ਬਰਫ਼ ਪੈਂਦੀ ਸੀ, ਬੜੀ ਜੈਂਟਲ ਬਰਫ਼ ਪੈਂਦੀ ਹੈ, ਪਾਣੀ ਆਸਤਾ ਆਸਤਾ ਚੱਲਦਾ। ਹੁਣ ਜਿਸ ਵੇਲੇ ਜਾ ਕੇ ਉੱਥੇ ਬਾਰਿਸ਼ ਹੋਏਗੀ ਤਾਂ ਉਹ ਸਾਰਾ ਮੈਸ ਜਿਹੜਾ ਉਹ ਡੈਬਰੀਜ ਫਲੋ ਕਰਨੀਆਂ ਸ਼ੁਰੂ ਕਰ ਦੇਣਗੀਆਂ। ਠੀਕ ਹੈ, ਤਾਂ ਇਸ ਦੇ ਬੇਸਿਸ 'ਤੇ ਅਸੀਂ ਫਿਰ ਇੱਕ ਪੇਪਰ ਵੀ ਲਿਖਿਆ ਸੀ, ਪੇਪਰ ਪਬਲਿਸ਼ ਕੀਤਾ। ਉਸਦੇ ਪੇਪਰ ਦੇ ਉੱਪਰ ਪਲੈਨਿੰਗ ਕਮਿਸ਼ਨ ਨੇ 3 ਸਾਲ ਉਸ 'ਤੇ ਮੀਟਿੰਗਾਂ ਵੀ ਕਰਾਈਆਂ, ਲੇਕਿਨ ਉਸਦਾ ਫੋਲੋਅਪ ਜਿਹੜਾ ਸੀ ਨਾ ਥੋੜ੍ਹੀ ਦੇਰ ਹੋਇਆ ਸਸਟੇਨ ਨਹੀਂ ਹੋਇਆ। ਫਾਰਨਰਸ ਨੇ ਉਹ ਪੇਪਰ ਨੂੰ ਲੈ ਕੇ ਇੱਥੇ ਆ ਕੇ ਬੜੀਆਂ ਸਟੱਡੀਜ਼ ਕੀਤੀਆਂ, ਬਹੁਤ ਖਾਸ ਕਰ ਯੂਰਪੀਅਨ ਕੰਟਰੀਜ਼ ਦੇ ਲੋਕਾਂ ਨੇ ਜਿਓਮਾਰਫੋਲੋਜਿਸਟ 'ਤੇ ਆ ਕੇ ਬੜੀਆਂ ਸਟੱਡੀਜ਼ ਕੀਤੀਆਂ, ਪਰ ਅਸੀਂ ਉਹਨੂੰ ਫੋਲੋਅਪ ਨਹੀਂ ਕੀਤਾ। ਆਈਡੀਆ ਹੁੰਦਾ ਕਿ ਜਿਹੜੀ ਸਾਇੰਟੀਫਿਕ ਇਨਸਾਈਟਸ ਮਿਲਦੇ ਆ ਨਾ ਉਹਨੂੰ ਆਪਣੇ ਐਡਮਿਨਿਸਟ੍ਰੇਟਿਵ ਸੈਟਅਪ ਦੇ ਵਿੱਚ ਅਬਜ਼ਰਵ ਕਰੋ, ਠੀਕ ਹੈ, ਫਿਰ ਇਹ ਨੁਕਸਾਨ ਨਹੀਂ ਹੁੰਦੇ। ਹੁਣ ਅਗਰ ਉਹ ਕੀਤਾ ਗਿਆ ਹੁੰਦਾ, ਅੱਜ ਉਹ ਤਾਂ ਆਉਣਾ ਸੀ, ਡੈਬਰੀਜ 'ਤੇ ਆਉਣੀਆਂ ਸਨ, ਲੇਕਿਨ ਲੋਕਾਂ ਦਾ ਨੁਕਸਾਨ, ਬੰਦਿਆਂ ਦਾ ਨੁਕਸਾਨ, ਦੂਸਰੇ ਜਿਹੜੇ ਨੁਕਸਾਨ ਉਹ ਨਹੀਂ ਸਨ ਹੋਣੇ। ਹਾਲਾਂਕਿ ਕੋਈ ਖਤਮ ਨਹੀਂ ਹੋਈ ਇਹ ਸਟੋਰੀ, ਹਾਲਾਂ ਤਾਂ ਸ਼ੁਰੂ ਹੋਈ ਹੈ। ਹਾਲਾਂਕਿ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਇਹਨਾਂ ਚੀਜ਼ਾਂ ਨੂੰ ਖਿਆਲ ਕਰੇ ਔਰ ਕੰਮ ਕਰੇ ਇਸ 'ਤੇ। ਚਲੋ, ਜਿਵੇਂ ਤੁਸੀਂ ਗੱਲ ਕੀਤੀ, ਤੁਸੀਂ ਜੀਓਲੋਜੀਕਲ ਸਰਵੇ ਆਫ ਇੰਡੀਆ ਦੇ ਵੀ ਡਾਇਰੈਕਟਰ ਜਨਰਲ ਰਹੇ ਹੋ। ਜੀਓਲੋਜੀਕਲ ਸਰਵੇ ਆਫ ਇੰਡੀਆ ਦੀ ਇੰਪੋਰਟੈਂਸ ਕੀ ਹੈ, ਖਾਸ ਕਰਕੇ ਜਦੋਂ ਅੱਜ ਕੱਲ੍ਹ ਟਾਊਨ ਪਲੈਨਿੰਗ ਹੁੰਦੀ ਹੈ, ਆਪਾਂ ਬਿਲਡਿੰਗਸ ਦੇ ਪਲੈਨ ਕਰਦੇ ਹਾਂ, ਉਹਨਾਂ ਚੀਜ਼ਾਂ ਦੇ ਵਿੱਚ ਕਿੰਨਾ ਕੁ ਫੋਲੋ ਕੀਤਾ ਜਾਂਦਾ, ਕੀ ਵਾਕਈ ਉਸ ਨੂੰ ਇੰਪੋਰਟੈਂਸ ਦਿੱਤੀ ਜਾਂਦੀ ਹੈ, ਇਸ ਬਾਰੇ ਵੀ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ। ਇੱਕ ਬ੍ਰੇਕ ਅਸੀਂ ਹੋਰ ਛੋਟਾ ਜਿਹਾ ਲੈਣਾ, ਬ੍ਰੇਕ ਤੋਂ ਬਾਅਦ ਇਹ ਸਾਡਾ ਸਫ਼ਰ ਇਸੇ ਤਰੀਕੇ ਨਾਲ ਜਾਰੀ ਰਹੇਗਾ। ਖਾਸ ਮੁਲਾਕਾਤ ਦਾ ਸਾਡਾ ਸਫ਼ਰ ਜਾਰੀ ਹੈ ਸੀ ਪੀ ਵੋਹਰਾ ਸਾਹਿਬ ਨਾਲ, ਜਿਨ੍ਹਾਂ ਨੂੰ ਟਾਈਗਰ ਆਫ ਜੀਓਲੋਜੀ ਦੇ ਨਾਂ ਨਾਲ ਜਾਣਿਆ ਜਾਂਦਾ, ਔਰ ਕਈ ਸਾਰੇ ਸਨਮਾਨ ਇਹਨਾਂ ਦੇ ਨਾਮ ਹੈ ਜੋ ਅਸੀਂ ਜ਼ਿਕਰ ਕਰ ਰਹੇ ਸੀਗੇ। ਵੋਹਰਾ ਸਾਹਿਬ, ਬੜਾ ਇੰਪੋਰਟੈਂਟ ਹੈ ਅੱਜ ਕੱਲ੍ਹ, ਕਿਉਂਕਿ ਤਰਾਸਦੀ ਬਹੁਤ ਹੋਈਆਂ ਨੇ ਪਿਛਲੇ ਟਾਈਮ ਦੇ ਵਿੱਚ, ਵੱਡੀਆਂ ਤਰਾਸਦੀਆਂ ਹੋਈਆਂ, ਔਰ ਉਸ ਦੇ ਵਿੱਚ ਹਜ਼ਾਰਾਂ ਜਾਨਾਂ ਦਾ ਵੀ ਨੁਕਸਾਨ ਹੋਇਆ, ਮਾਲੀ ਨੁਕਸਾਨ ਦੇ ਨਾਲ ਨਾਲ। ਸੋ ਤੁਸੀਂ ਜੀਓਲੋਜੀਕਲ ਸਰਵੇ ਆਫ ਇੰਡੀਆ ਦੇ ਨਾਲ ਲੰਮਾ ਟਾਈਮ ਜੁੜੇ ਰਹੇ ਹੋ, ਡਾਇਰੈਕਟਰ ਜਨਰਲ ਰਹੇ ਹੋ ਉਸ ਦੇ। ਜੀਓਲੋਜੀਕਲ ਸਰਵੇ ਆਫ ਇੰਡੀਆ ਦੀ ਜਦੋਂ ਟਾਊਨ ਪਲੈਨਿੰਗ ਵਗੈਰਾ ਹੁੰਦੀ ਹੈ, ਉਸ ਦੇ ਵਿੱਚ ਇੰਪੋਰਟੈਂਸ ਹੈ ਜਾਂ ਕਿੰਨਾ ਕੁ ਉਸਨੂੰ ਉਸ ਦੇ ਵਿੱਚ ਇੰਕਲੂਡ ਕੀਤਾ ਜਾਂਦਾ ਜਦੋਂ ਵੀ ਕੋਈ ਵੱਡੇ ਪਲੈਨਸ ਬਣਦੇ ਹੈ, ਜਾਂ ਆਪਾਂ ਖਤਰੇ 'ਤੇ ਹੀ ਖੜੇ ਹਾਂ? ਥੋੜ੍ਹਾ ਕਰਦਾ, ਜ਼ਿਆਦਾ ਨਹੀਂ ਕਰਦੇ। ਜੀਓਲੋਜੀਕਲ ਸਰਵੇ ਆਪ ਹੀ ਪ੍ਰੋਗਰਾਮ ਬਣਾ ਕੇ ਦਿੱਲੀ ਦੀ ਮਾਈਕਰੋਜ਼ੋਨੇਸ਼ਨ ਕੀਤੀ ਹੈ, ਹੋਰਨਾਂ ਜਗ੍ਹਾ ਦੀ ਕੀਤੀ ਹੈ, ਚੰਡੀਗੜ੍ਹ ਦੀ ਕੀਤੀ ਹੈ, ਅਤੇ ਉਹ ਐਕਸਪੈਕਟ ਕਰਦੇ ਨੇ ਕਿ ਇਹਦਾ ਫੋਲੋਅਪ ਕਰੇਗੀ ਐਡਮਿਨਿਸਟ੍ਰੇਸ਼ਨ, ਲੇਕਿਨ ਇਹਨੂੰ ਕਾਇਦੇ ਨਾਲ ਇੰਟੀਗ੍ਰੇਟ ਕਰਨਾ ਚਾਹੀਦਾ ਕਿ ਇਹ ਅਸੈਂਸ਼ੀਅਲ ਇਨਪੁੱਟ ਹੋਣੀ ਚਾਹੀਦੀ ਹੈ। ਜਿਹੜਾ ਵੀ ਤੁਸੀਂ ਟਾਊਨ ਪਲੈਨ ਕਰ ਰਹੇ ਹੋ, ਇਹ ਜੀਓਲੋਜੀਕਲ ਇਨਵੈਸਟੀਗੇਸ਼ਨ ਜਿਹੜੀਆਂ ਮਾਈਕਰੋਜ਼ੋਨੇਸ਼ਨ ਉਸ ਏਰੀਆ ਦੀਆਂ, ਇਹ ਅਸੈਂਸ਼ੀਅਲ ਇਨਪੁੱਟਸ ਨੇ, ਇਸ ਤੋਂ ਬਗੈਰ ਕੰਮ ਨਹੀਂ ਚੱਲਣਾ ਚਾਹੀਦਾ। ਜਿੰਨੀ ਦੇਰ ਇਹ ਨਾ ਕਰੋ, ਕੋਈ ਨਾ ਕੋਈ ਲੋਕ ਰਸਤਾ ਲੱਭ ਕੇ ਸ਼ਾਰਟਕੱਟ ਮਾਰ ਲੈਂਦੇ, ਉਹ ਜਿਹੜਾ ਸ਼ਾਰਟਕੱਟ ਮਾਰਿਆ ਜਾਏਗਾ ਨਾ ਉਹ ਠੀਕ ਨਹੀਂ। ਦੂਸਰਾ ਹੁੰਦਾ ਕਿ ਜਿਸ ਲਈ ਤੁਸੀਂ ਇਹੋ ਜਿਹਾ ਪ੍ਰੋਗਰਾਮ ਬਣਾਓਗੇ ਅਤੇ ਐਕਸਪਰਟੀਜ਼ ਹੋਰ ਵਧੀ ਹੈ, ਜੀਓਲੋਜੀਕਲ ਸਰਵੇ ਆਪਣੀ ਐਕਸਪਰਟੀਜ਼ ਨੂੰ ਹੋਰ ਵਧਾਏਗਾ, ਉਹ ਡੈਪਥ 'ਤੇ ਜਾਏਗਾ, ਸੋ ਅਸੀਂ ਉਹਦਾ ਫਾਇਦਾ ਲਵਾਂਗੇ। ਸਾਰਕ ਦੀਆਂ ਕੰਟਰੀਜ਼ ਜਿਹੜੀਆਂ ਉਹ ਫਾਇਦਾ ਲੈਣਗੀਆਂ, ਸਾਰੇ ਜਿੰਨੇ ਦੋਸਤ ਮਿੱਤਰ ਸਾਡੇ ਮੁਲਕ ਹਨ ਉਹ ਫਾਇਦਾ ਲੈਣਗੇ, ਤਾਂ ਇਹ ਬੜਾ ਬਹੁਤ ਖੂਬ। ਹੁਣ ਜਿਵੇਂ ਭੂਚਾਲ ਆਇਆ ਪਿਛਲੇ ਦਿਨੀ, ਨੇਪਾਲ ਦੇ ਵਿੱਚ ਬਹੁਤ ਨੁਕਸਾਨ ਹੋਇਆ, ਉਸ ਤੋਂ ਬਾਅਦ ਜਦੋਂ ਕੁਛ ਦਿਨਾਂ ਬਾਅਦ ਦੁਬਾਰਾ ਝਟਕੇ ਆਏ ਆ ਤਾਂ ਬੜਾ ਪੈਨਿਕ ਹੋਇਆ ਲੋਕਾਂ ਦੇ ਵਿੱਚ, ਬਹੁਤ ਜ਼ਿਆਦਾ ਡਰ ਦਾ ਮਾਹੌਲ ਨਜ਼ਰ ਆਇਆ। ਸੋ ਮੇਰਾ ਸਵਾਲ ਇਹ ਹੈ ਕਿ ਕੀ ਜਿਹੜੀਆਂ ਇਹ ਨੈਚੁਰਲ ਕਲੈਮਿਟੀਜ਼ ਨੇ ਜਾਂ ਉਸ ਦੇ ਨਾਲ ਹੋਣ ਵਾਲਾ ਨੁਕਸਾਨ ਹੈ ਜਾਂ ਜਿਹੜੀਆਂ ਤਕਲੀਫਾਂ ਪ੍ਰੋਬਲਮਸ ਆਪਾਂ ਦੇਖਦੇ ਹਾਂ, ਇਹ ਸਿਰਫ ਕੁਦਰਤੀ ਆਫਤਾਂ ਹੀ ਨੇ ਜਾਂ ਇਸ ਦੇ ਵਿੱਚ ਮੈਨ ਮੇਡ ਵੀ ਹੈ? ਅਰਥਕੁਏਕਸ ਤਾਂ ਮੈਨ ਮੇਡ ਨਹੀਂ ਹੁੰਦੇ, ਠੀਕ ਹੈ, ਇਹ ਤਾਂ ਕੁਦਰਤੀ ਹੈ ਔਰ ਹਮੇਸ਼ਾ ਹੋਣਗੇ। ਹਾਲਾਂ ਥੋੜ੍ਹੀ ਅਸੀਂ 6-7 ਕਿਧਰੇ ਕਿਧਰੇ 8 ਇਹ ਦੇਖਦੇ ਹਾਂ, ਇਸ ਤੋਂ ਬਹੁਤ ਜ਼ਿਆਦਾ ਪਾਵਰਫੁਲ ਵੀ ਹੋ ਸਕਦੇ, ਕਿਉਂਕਿ ਜਿਹੜੀਆਂ ਅਸੀਂ ਪੁਰਾਣੀਆਂ ਤੱਕਦੇ ਹਾਂ ਸਿਚੁਏਸ਼ਨ, ਜਿਹੜੇ ਕੰਡੀਸ਼ਨਸ ਦੇਖੀਆਂ ਰਾਕਸ ਦੀਆਂ ਅਤੇ ਮੂਵਮੈਂਟਸ ਦੀਆਂ, ਉਹ ਬਹੁਤ ਜ਼ਿਆਦਾ ਹੋਈਆਂ, ਇੱਕ ਇੱਕ ਝਟਕੇ ਨਾਲ ਕਈ 100 ਫੁੱਟ ਘੁੰਮ ਗਈ ਹੈ ਜਗ੍ਹਾ, ਠੀਕ ਹੈ, ਤਾਂ ਜਿਸ ਲਈ ਉਹ ਜਿਹਾ ਆਏਗਾ ਅਤੇ ਬਰਬਾਦੀ ਦਾ ਬਹੁਤ ਹੋਏਗਾ, ਲੇਕਿਨ ਅਸੀਂ ਕੀ ਕਰਨਾ,
ਅਸੀਂ ਇਹ ਕਰਨਾ ਕਿ ਇਹਨਾਂ ਨੂੰ ਬੰਦ ਨਹੀਂ ਕਰ ਸਕਦੇ, ਇਹ ਤਾਂ ਹੋਣੀਆਂ ਨੈਚੁਰਲ ਚੀਜ਼ ਹੈ, ਪਰ ਅਸੀਂ ਇਹ ਕਰ ਸਕਦੇ ਹਾਂ ਕਿ ਉਸ ਨੁਕਸਾਨ ਨੂੰ ਘੱਟੋ ਘੱਟ ਘਟਾਇਆ ਜਾ ਸਕੇ। ਉਸ ਤਰ੍ਹਾਂ ਕਰਨਾ ਕਿ ਬੰਦਿਆਂ ਦਾ ਨੁਕਸਾਨ ਨਾ ਹੋਵੇ, ਆਦਮੀਆਂ ਦਾ ਨੁਕਸਾਨ ਨਾ ਹੋਵੇ, ਬਾਕੀ ਪ੍ਰੋਪਰਟੀਜ਼ ਦਾ ਨੁਕਸਾਨ ਨਾ ਹੋਵੇ, ਉਹਨੂੰ ਚੰਗੇ ਤਰੀਕੇ ਨਾਲ ਫਾਊਂਡੇਸ਼ਨ ਬਣਾ ਕੇ ਉਹਨਾਂ ਦੀ ਸਟੱਡੀ ਕੀਤੀ ਹੋਵੇ ਤਾਂ ਜੇ ਉਹਨਾਂ ਦਾ ਨੁਕਸਾਨ ਬਹੁਤ ਘੱਟ ਹੋਵੇ, ਔਰ ਦੁਨੀਆਂ ਨੂੰ ਵੀ ਪਤਾ ਲੱਗੇ ਕਿ ਕਿਤਨੀ ਅਕਲ ਦੇ ਮਾਲਕ ਹਨ, ਹਰ ਅਕਲਮੰਦ ਚੀਜ਼ ਇਹਨਾਂ ਨੇ ਇਨਪੁੱਟ ਬਣਾਈ ਹੈ। ਹਿੰਦੁਸਤਾਨ ਜਿਹੜਾ ਇਹ ਹਮੇਸ਼ਾ ਜਾਣਿਆ ਜਾਂਦਾ ਹੈ ਅਕਲ ਦੇ ਬਾਰੇ 'ਚ, ਠੀਕ ਹੈ, ਔਰ ਅਕਲ ਦੀ ਇਨਪੁੱਟ ਸਾਨੂੰ ਨਜ਼ਰ ਆਉਣੀ ਚਾਹੀਦੀ ਹਰ ਚੀਜ਼ ਜਿਹੜੀ ਹੁਣ ਕਰਨੇ ਆ ਅਸੀਂ, ਔਰ ਇੰਟਰਡਿਸਿਪਲਨਰੀ। ਅੱਛਾ, ਮੈਂ ਇੱਕ ਨਿੱਜੀ ਸਵਾਲ ਤੁਹਾਡੇ ਤੋਂ ਪੁੱਛਣਾ ਚਾਹ ਰਿਹਾ ਸੀ, ਜੇ ਤੁਸੀਂ ਬੁਰਾ ਨਾ ਲੱਗੇ ਤੁਹਾਨੂੰ। ਤੁਹਾਡਾ ਨਾਮ ਜਿਹੜਾ ਹੈ ਤੁਸੀਂ ਲਿਖਦੇ ਹੋ ਚੰਦਰ ਪ੍ਰਕਾਸ਼ ਵੋਹਰਾ, ਪੂਰਾ CP ਵੋਹਰਾ, ਚੰਦਰ ਪ੍ਰਕਾਸ਼ ਵੋਹਰਾ, ਪਰ ਤੁਹਾਡਾ ਜਿਹੜਾ ਸਰੂਪ ਹੈ, ਤੁਸੀਂ ਪੱਗ ਬੰਨਦੇ ਹੋ, ਸਿੱਖੀ ਸਰੂਪ ਹੈ ਪੂਰਾ, ਦਾੜੀ, ਇਸ ਚੀਜ਼ ਦਾ ਮੈਚ ਕੀ ਹੈ? ਮਤਲਬ ਤੁਹਾਡਾ ਨਾਮ ਜਿਹੜਾ ਹੈ ਉਹ ਉਸ ਤੋਂ ਐਂ ਲੱਗਦਾ ਕਿ ਹਿੰਦੂ ਵਿਅਕਤੀ ਦਾ ਨਾਮ ਹੈ, ਬਟ ਤੁਹਾਡਾ ਜਿਹੜਾ ਸਰੂਪ ਹੈ ਉਹ ਸਿੱਖੀ ਹੈ, ਇਹ ਕਿਉਂ ਹੈ ਦੋਨੇ? ਮੇਰੇ ਫਾਦਰ ਸਿੱਖ ਨੇ ਸਰ, ਮੇਰੇ ਗ੍ਰੈਂਡਫਾਦਰ ਵੀ ਸਿੱਖ ਨੇ ਸਰ, ਮੇਰੀ ਗ੍ਰੈਂਡਮਦਰ ਸਿੱਖ ਫੈਮਿਲੀ ਤੋਂ ਸੀ, ਮੇਰੀ ਮਦਰ ਸਿੱਖ ਫੈਮਿਲੀ ਤੋਂ ਸੀ, ਅਤੇ ਇਹ ਮੈਨੂੰ ਦੱਸਿਆ ਗਿਆ ਸੀ ਕਿ ਜਦੋਂ ਕੋਈ 3-4 ਸਾਲ ਦੱਸਿਆ ਅਤੇ ਪੁੱਛਿਆ ਕਿ ਤੂੰ ਕੀ ਬਣਨਾ, ਸਿੱਖ ਬਣਨਾ ਹੈ ਕਿ ਤੇਰੇ ਮੁੰਡਨ ਕਰ ਦੇਈਏ, ਅਤੇ ਕਹਿੰਦੇ ਨੇ ਕਿ ਤੂੰ ਕਿਹਾ ਮੈਂ ਸਿੱਖ ਬਣਾਂਗਾ। ਉਹਨਾਂ ਨੇ ਉਸ ਗੱਲ ਦੀ ਇੱਜ਼ਤ ਰੱਖ ਕੇ ਮੈਨੂੰ ਸਿੱਖ ਬਣਾਇਆ, ਔਰ ਸਿੱਖੀ 'ਚ ਮੈਨੂੰ ਇੰਨਾ ਮਜ਼ਾ ਆਇਆ ਕਿ ਮੇਰੇ ਦੋ ਬੇਟੇ ਉਹ ਵੀ ਸਿੱਖ ਹਨ, ਦੋਨੇ ਸਿੱਖ, ਇੱਕ ਅਮਰੀਕਾ 'ਚ 25 ਸਾਲ ਦਾ, ਉਹ ਵੀ ਪੂਰਾ ਸਿੱਖ ਹੈ, ਠੀਕ ਹੈ, ਇੱਕ ਸਿੰਗਾਪੁਰ ਅੱਜ ਕੱਲ੍ਹ ਪਹਿਲਾਂ ਆਰਮੀ ਵਿੱਚ ਸੀ, ਉਹ ਵੀ ਪੂਰਾ ਸਿੱਖ ਹੈ। ਤੁਹਾਡੇ ਇਸ ਪੂਰੇ ਸਫ਼ਰ ਦੇ ਵਿੱਚ ਫੈਮਿਲੀ ਦਾ ਪੂਰਾ ਸਪੋਰਟ ਰਿਹਾ ਕਦੇ? ਕਿਉਂਕਿ ਤੁਸੀਂ ਕਿੰਨੇ ਕਿੰਨੇ ਮਹੀਨਿਆਂ ਲਈ ਜਦੋਂ ਜਾਂਦੇ ਸੀ, ਔਰ ਬੜੇ ਰਿਸਕੀ ਹੁੰਦੇ ਸੀਗੇ ਐਕਸਪੀਡੀਸ਼ਨ ਜਿੱਥੇ ਵੀ ਤੁਸੀਂ ਜਾਂਦੇ ਸੀ, ਸੋ ਉਸ ਵੇਲੇ ਫੈਮਿਲੀ ਦਾ ਸਪੋਰਟ ਕਿੱਦਾਂ ਦਾ ਸੀ? ਫੈਂਟਾਸਟਿਕ। ਮੈਂ ਜਦੋਂ ਪਹਿਲੀ ਵਾਰੀ ਐਵਰੈਸਟ ਗਿਆ ਵਾਂ, ਆਈ ਐਮ ਦਾ ਓਨਲੀ ਸਨ ਆਫ ਮਾਈ ਪੇਰੈਂਟਸ, ਅਤੇ ਵਾਪਸ ਆ ਕੇ ਪਤਾ ਲੱਗਾ ਮੇਰੇ ਫਾਦਰ ਜ਼ਮੀਨ 'ਤੇ ਸੁਣਦੇ ਰਹੇ, ਜਿੰਦਰ ਵਾਪਸ ਨਹੀਂ ਆਇਆ। ਦੈਟ ਕਾਇੰਡ ਆਫ ਸਪੋਰਟ, ਕਦੀ ਮੈਨੂੰ ਕਿਹਾ ਨਹੀਂ ਵੀ ਤੂੰ ਨਹੀਂ ਜਾਣਾ। ਸ਼ਾਦੀ ਤੋਂ ਬਾਅਦ ਮੈਂ 2 ਵਾਰੀ ਐਵਰੈਸਟ ਗਿਆ ਵਾਂ, ਮੇਰੀ ਵਾਈਫ ਨੇ ਫੁੱਲ ਸਪੋਰਟ ਦਿੱਤੀ, ਕਦੀ ਨਹੀਂ ਕਿਹਾ ਵੀ ਤਾਂ ਜਾਓ। ਇਤਨੇ ਸੀਕਰਟ ਐਕਸਪੀਡੀਸ਼ਨ 'ਤੇ ਐਂਟਾਰਕਟਿਕ ਗਿਆ ਵਾਂ, ਉਸ ਵੇਲੇ ਬਹੁਤ ਹੀ ਡੇਂਜਰਸ ਸੀਗਾ, ਉਹਨੇ ਫੁੱਲ ਸਪੋਰਟ ਦਿੱਤੀ। ਉਹਨਾਂ ਦੀ ਸਪੋਰਟ ਤੋਂ ਬਗੈਰ ਤਾਂ ਮੈਂ ਕੁਝ ਵੀ ਦੇ ਸਕਾਂ। ਕੋਈ ਮਲਾਲ ਰਹਿ ਗਿਆ ਜ਼ਿੰਦਗੀ ਦੇ ਵਿੱਚ ਕਿ ਕੋਈ ਐਸਾ ਐਂ ਲੱਗਦਾ ਹੋਵੇ ਵੀ ਆਹ ਜਿਹੜੀ ਅਚੀਵਮੈਂਟ ਸੀ ਮੈਂ ਕਰਨੀ ਚਾਹੁੰਦਾ ਸੀ ਜਾਂ ਰਹਿ ਗਈ ਕਿਸੇ ਕਾਰਨ ਕਰਕੇ ਨਹੀਂ ਕਰ ਸਕ, ਕਿਸੇ ਤਰ੍ਹਾਂ ਦਾ ਕੋਈ ਮਲਾਲ ਨਹੀਂ? ਕੋਈ ਨਹੀਂ, ਸਿਰਫ ਮੈਨੂੰ ਇਹ ਲੱਗਦਾ ਕਿ ਅੱਜ ਵੀ ਹਿੰਦੁਸਤਾਨੀ ਅਗਰ ਚਾਹਣ ਔਰ ਆਪਣੇ ਕੰਮ ਨੂੰ ਪੂਰਾ ਧਿਆਨ ਦੇਣ, ਜਿਹੜਾ ਕੰਮ ਮਿਲਦਾ ਉਸ ਤੋਂ ਐਡੀਸ਼ਨਲ ਕੰਮ ਸੋਚ ਕੇ ਅਗਰ ਕਰਨ, ਤਾਂ ਅਸਾਂ 10 ਸਾਲਾਂ ਦੇ ਵਿੱਚ ਅਸੀਂ ਅਮਰੀਕਾ ਤੋਂ ਅੱਗੇ ਲੱਗ ਸਕਦੇ ਹਾਂ। ਆਪਣੇ ਕੰਮ ਨੂੰ ਸਿਰਫ ਕਰ ਲੈਣ ਨਾਲ ਹੀ ਬਹੁਤ ਹੋ ਜਾਏ, ਅਗਰ ਆਪਣੇ ਕੰਮ ਤੋਂ ਇਲਾਵਾ ਦੂਸਰੇ ਕੰਮ ਦਿਖਾਉਣ, ਮੇਰਾ ਇੱਕ ਬਹੁਤ ਸਾਰੇ ਚੀਜ਼ਾਂ ਮੇਰਾ ਕੰਮ ਨਹੀਂ ਸੀਗਾ, ਕਿਸੇ ਨੇ ਅਸਾਈਨ ਨਹੀਂ ਕੀਤਾ, ਲੇਕਿਨ ਕੰਮ ਸੀਗਾ ਪਿਆ ਹੋਇਆ, ਜਾ ਕੇ ਕਰਨਾ ਔਰ ਬੈਸਟ ਤਰੀਕੇ ਨਾਲ ਕਰਨਾ। ਇਸ ਸਪਿਰਿਟ ਨੂੰ ਇਹ ਸਭ ਜ਼ਿੰਦਾ ਰੱਖਣਾ ਬੜਾ ਜ਼ਰੂਰੀ ਹੈ, ਇਹ ਸਾਰੀ ਸਾਡੀ ਪੁਰਾਣੇ ਕਲਚਰ ਦੀ ਸਪਿਰਿਟ ਹੈ, ਇਹਨੂੰ ਕਾਇਮ ਰੱਖਣਾ ਹੈ। ਇਹ ਮਾਵਾਂ ਨੇ ਦਿੱਤਾ ਹੋਇਆ ਸਾਰਾ ਕੁਛ, ਅਤੇ ਇਹਨੂੰ ਕਾਇਮ ਰੱਖੋ। ਸਿੱਖੀ ਵੀ ਬਹੁਤ ਇਸ ਚੀਜ਼ ਨੂੰ ਧਿਆਨ ਦਿੰਦੀ ਹੈ, ਹਿੰਦੂ ਦੇ ਬਹੁਤ ਸਾਰੇ ਧਰਮ ਸਾਰੇ ਜਿਹੜੇ ਧਿਆਨ ਦਿੰਦੇ, ਅਤੇ ਕਰੋ ਔਰ ਕਰੋ ਤਾਂ ਫਿਰ ਦੇਖੋ ਕੀ ਹੁੰਦਾ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਾਨੂੰ ਸਮਾਂ ਦਿੱਤਾ, ਔਰ ਅਸੀਂ ਵੀ ਚਾਹੁੰਦੇ ਸੀ ਕਿ ਜਿਹੜੀਆਂ ਵੋਹਰਾ ਸਾਹਿਬ ਦੀਆਂ ਅਚੀਵਮੈਂਟਸ ਨੇ, ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਕੈਲੀਬਰ ਦੀ ਕੋਈ ਕਮੀ ਨਹੀਂ ਹੈ ਇੰਡੀਅਨਸ ਦੇ ਵਿੱਚ, ਹਰ ਵਿਅਕਤੀ ਦੇ ਵਿੱਚ ਉਹ ਕੈਲੀਬਰ ਹੈ ਕਿ ਉਹ ਕੁਛ ਵੀ ਕਰ ਸਕਦਾ, ਜੋ ਮਨ ਦੇ ਵਿੱਚ ਤਾਰ ਲਿਆ, ਜੋ ਸੋਚ ਲਿਆ ਉਸਨੂੰ ਅਚੀਵ ਕਰਨਾ, ਸਿਰਫ ਇੱਕ ਇੱਛਾ ਸ਼ਕਤੀ, ਮਜ਼ਬੂਤ ਇੱਛਾ ਸ਼ਕਤੀ ਦੀ ਜ਼ਰੂਰਤ ਹੈ। ਔਰ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਜਾਂ ਜੋ ਸਾਡੇ ਵਿੱਚ ਕਾਬਲੀਅਤ ਹੈ, ਉਸ ਨਾਲ ਜੁੜੇ ਅਗਰ ਹੋਰ ਕੰਮਾਂ ਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ, ਤਾਂ ਉਸ ਦਾ ਵੀ ਸਾਡੇ ਇਲਾਕੇ ਨੂੰ, ਸਮਾਜ ਨੂੰ, ਦੇਸ਼ ਨੂੰ ਬਹੁਤ ਵੱਡਾ ਫਾਇਦਾ ਹੁੰਦਾ, ਔਰ ਆਪਣੀਆਂ ਅਚੀਵਮੈਂਟਸ ਜਿਹੜੀਆਂ ਨੇ ਉਹ ਤਾਂ ਮਿਲਦੀਆਂ ਰਹਿੰਦੀਆਂ। ਹਰ ਚੀਜ਼ ਦਾ ਬਦਲਾ ਸਨਮਾਨ ਨਹੀਂ ਹੁੰਦਾ, ਨਿਸ਼ਕਾਮ ਸੇਵਾ ਜਿਹੜੀ ਹੈਗੀ ਹੈ ਉਹ ਵੀ ਕਈ ਵਾਰ ਤੁਹਾਨੂੰ ਆਪਣੇ ਉਸ ਅਹੁਦੇ ਨਾਲੋਂ ਬਹੁਤ ਉੱਚਾ ਬਣਾ ਦਿੰਦੀ ਹੈ।
ਸੋ ਅੱਜ ਦੀ ਇਸ ਖਾਸ ਮੁਲਾਕਾਤ ਦਾ ਸਫ਼ਰ ਸਾਨੂੰ ਇੱਥੇ ਹੀ ਖਤਮ ਕਰਨਾ ਪਏਗਾ। ਅਗਲੇ ਹਫ਼ਤੇ ਅਸੀਂ ਇੱਕ ਹੋਰ ਸ਼ਖਸੀਅਤ ਨਾਲ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਜੁੜੇ ਰਹੋ PTC ਨਿਊਜ਼ ਦੇ ਨਾਲ।